ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਕੋਰੀਡੋਰ ਰਾਹੀਂ। ਹੁਣ ਅਸੀਂ ਡੇਰਾ ਬਾਬਾ ਨਾਨਕ ਤੋਂ ਕੋਰੀਡੋਰ ਵੱਲ ਜਾ ਰਹੇ ਹਾਂ ਅਤੇ ਇਸ ਵੀਡੀਓ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਕਰਤਾਰਪੁਰ ਸਾਹਿਬ ਦੇ। ਇਹ ਹੈ ਜੀ ਪਹਿਲੀ ਚੈੱਕ ਪੋਸਟ, ਇੱਥੇ ਸਾਡੀ ਕਰੋਨਾ ਦੀ ਨੈਗੇਟਿਵ ਰਿਪੋਰਟ ਅਤੇ ETF ਫੋਰਮ, ਇਹ ਦੋ ਚੀਜ਼ਾਂ ਚੈੱਕ ਹੋਣਗੀਆਂ ਅਤੇ ਇਸ ਤੋਂ ਬਾਅਦ ਆਪਾਂ ਅਗਲੀ ਚੈਕਿੰਗ ਲਈ ਰਵਾਨਾ ਹੋਵਾਂਗੇ। ਅਤੇ ਇਹ ਤੁਹਾਨੂੰ ਡਾਕੂਮੈਂਟ ਬਾਰੇ ਦੱਸ ਦਈਏ ਕਿ ਸਭ ਤੋਂ ਜ਼ਰੂਰੀ ਡਾਕੂਮੈਂਟ ਆ ਵੈਲਿਡ ਪਾਸਪੋਰਟ, ਜੋ ਅਸੀਂ ਓਰੀਜਨਲ ਨਾਲ ਲੈ ਕੇ ਆਉਣਾ ਹੈ, ਅਤੇ ਨਾਲ ਹੀ ਕਰੋਨਾ ਦੀ ਨੈਗੇਟਿਵ ਰਿਪੋਰਟ ਅਤੇ ETF ਫੋਰਮ ਜੋ ਸਾਨੂੰ ਫੋਰਮ ਫਿਲ ਕਰਨ ਵੇਲੇ ਪ੍ਰਾਪਤ ਹੁੰਦਾ ਹੈ ਉਹ ETF ਫੋਰਮ ਨਾਲ ਲੈ ਕੇ ਆਉਣਾ ਜ਼ਰੂਰੀ ਹੈ। ਅਤੇ ਪਹਿਲੀ ਚੈੱਕ ਪੋਸਟ ਤੋਂ ਚੈਕਿੰਗ ਤੋਂ ਬਾਅਦ ਆਪਾਂ ਜਾ ਰਹੇ ਹਾਂ ਜੀ ਦੂਸਰੀ ਚੈੱਕ ਪੋਸਟ 'ਤੇ। ਡਿੱਗੀ ਖੋਲਣੀ ਪੈਣੀ। ਪਾਸਪੋਰਟ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀਜ਼ਾ ਨਹੀਂ ਲੱਗਦਾ, ਨਾ ਹੀ ਕੋਈ ਸਟੈਂਪ ਲੱਗਦੀ ਹੈ ਜੀ, ਇਹ ਵੀਜ਼ਾ ਫਰੀ ਟਰੈਵਲ ਹੈ ਜੀ। ਇੱਥੇ ਗੱਡੀ ਦੀ ਡਿੱਗੀ ਅਤੇ ਹੋਰ ਗੱਡੀ ਦੇ ਵਿੱਚ ਜੋ ਵੀ ਸਮਾਨ ਹੋਵੇਗਾ ਉਸਦੀ ਪ੍ਰੋਪਰ ਚੈਕਿੰਗ ਹੋਵੇਗੀ। ਕਰਲਾ ਚੈੱਕ। ਹੈ ਨੀ ਕੁਛ ਏਦਾਂ ਦਾ ਉਹਦੇ ਸੁੰਘਣ ਵਾਲਾ। ਕਰੋ ਐਂਟਰੀ, ਸਭ ਹੋ ਕੇ ਰਿਪੋਰਟਾਂ ਨਾ। ਚਲੋ ਜੀ, ਸਾਰੀ ਚੈਕਿੰਗ ਹੋਣ ਤੋਂ ਬਾਅਦ 'ਚ ਹੁਣ ਅਸੀਂ ਗੇਟ ਰਾਹੀਂ ਅੰਦਰ ਐਂਟਰ ਹੋਵਾਂਗੇ ਅਤੇ ਇਸ ਤੋਂ ਬਾਅਦ ਅਸੀਂ ਸਿੱਧਾ ਪਾਰਕਿੰਗ ਵਿੱਚ ਜਾਵਾਂਗੇ। ਅਤੇ ਪਾਰਕਿੰਗ ਵਿੱਚ ਗੱਡੀ ਖੜ੍ਹੀ ਕਰਨ ਤੋਂ ਬਾਅਦ 'ਚ ਫਿਰ ਆਪਾਂ ਅੱਗੇ ਟਰਮੀਨਲ ਲਈ ਰਵਾਨਾ ਹੋਵਾਂਗੇ। ਜੀ ਪਾਰਕਿੰਗ ਵਿੱਚ ਗੱਡੀ ਖੜ੍ਹੀ ਕਰਨ ਤੋਂ ਬਾਅਦ 'ਚ ਅਸੀਂ ਕੋਰੀਡੋਰ ਲਈ ਰਵਾਨਾ ਹੋ ਗਏ ਹਾਂ ਅਤੇ ਪਾਰਕਿੰਗ ਦੀ ਜੋ ਫੀਸ ਹੈ ਜੀ ਉਹ 50 ਰੁਪਏ ਹੈ। ਅਤੇ ਹੁਣ ਅਸੀਂ ਟਰਮੀਨਲ ਦੇ ਅੰਦਰ ਜਾ ਕੇ ਆਪਣੀ ਇਮੀਗ੍ਰੇਸ਼ਨ ਵਗੈਰਾ ਕੰਪਲੀਟ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਅੱਗੇ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਵਾਂਗੇ। ਇਸ ਦੇ ਨਾਲ ਹੀ ਅਸੀਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਦਰਸ਼ਨ ਸਾਰੀ ਸੰਗਤ ਬਿਨਾਂ ਪਾਸਪੋਰਟ ਤੋਂ ਕਰ ਸਕਦੀ ਹੈ ਜੀ। ਕੇਵਲ ਕੋਰੀਡੋਰ ਦੇ ਦਰਸ਼ਨ ਹੀ ਪਾਸਪੋਰਟ ਤੋਂ ਬਿਨਾਂ ਹੋ ਸਕਦੇ ਹੈ। ਕਰਤਾਰਪੁਰ ਸਾਹਿਬ ਪਾਕਿਸਤਾਨ ਗੁਰਦੁਆਰਾ ਦੇ ਅੰਦਰ ਜਾਣ ਲਈ ਸਾਨੂੰ ਪਾਸਪੋਰਟ ਦੀ ਜ਼ਰੂਰ ਪੈਂਦੀ ਹੈ। ਕੇਵਲ ਟਰਮੀਨਲ ਦੇ ਦਰਸ਼ਨ ਕਰਨ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਦੀ 50 ਰੁਪਏ ਫੀਸ ਹੈ ਅਤੇ ਜੋ ਕਿ ਦਿਨੇ 11 ਵਜੇ ਇਹਦੀ ਐਂਟਰੀ ਸ਼ੁਰੂ ਹੋ ਜਾਂਦੀ ਹੈ। 11 ਵਜੇ ਤੋਂ ਬਾਅਦ ਆਪਾਂ ਆ ਕੇ ਟਰਮੀਨਲ ਦੇ ਦਰਸ਼ਨ ਕਰ ਸਕਦੇ ਹਾਂ ਜੀ। ਕੋਰੀਡੋਰ ਰਾਹੀਂ ਪਾਕਿਸਤਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ $20 ਫੀਸ ਆ ਜੋ ਸਾਨੂੰ ਇਮੀਗ੍ਰੇਸ਼ਨ ਸਮੇਂ ਪਾਕਿਸਤਾਨ ਸਰਕਾਰ ਨੂੰ ਦੇਣੀ ਪਵੇਗੀ। ਸਾਹਿਬ ਕਰਤਾਰਪੁਰ ਸਾਹਿਬ ਜਾਣ ਵਾਲੇ
ਇਹ ਸਾਡੇ ਸਾਹਮਣੇ ਹੈ ਜੀ ਸੈਲਫੀ ਪੁਆਇੰਟ, ਇੱਥੇ ਆ ਕੇ ਆਪਾਂ ਸੈਲਫੀ ਵਗੈਰਾ ਲੈ ਸਕਦੇ ਹਾਂ। ਇਹ ਹੈ ਜੀ ਮੇਨ ਐਂਟਰੈਂਸ, ਇੱਥੋਂ ਐਂਟਰ ਹੋ ਕੇ ਅਸੀਂ ਅੰਦਰ ਇਮੀਗ੍ਰੇਸ਼ਨ ਕਰਵਾਵਾਂਗੇ। ਅਤੇ ਇਹ ਹੈ ਜੀ ਪੋਲੀਓ ਵੈਕਸੀਨ ਸੈਂਟਰ, ਇੱਥੇ ਸਾਨੂੰ ਪੋਲੀਓ ਦੀ ਡੋਜ਼ ਦਿੱਤੀ ਜਾਵੇਗੀ। ਅਤੇ ਇਸ ਤੋਂ ਬਾਅਦ ਅੰਦਰ ਵੀਡੀਓਗ੍ਰਾਫੀ ਅਲਾਊਡ ਨਹੀਂ ਹੈ। ਜੇਕਰ ਤੁਹਾਡੇ ਸਾਰੇ ਪਰੂਫ ਵੈਲਿਡ ਹਨ ਤਾਂ ਸਿਰਫ 5-7 ਮਿੰਟ ਵਿੱਚ ਜਿਹੜੀ ਇਮੀਗ੍ਰੇਸ਼ਨ ਹੋ ਜਾਂਦੀ ਹੈ। ਇਮੀਗ੍ਰੇਸ਼ਨ ਹੋਣ ਤੋਂ ਬਾਅਦ ਅਸੀਂ ਈ ਰਿਕਸ਼ਾ ਉੱਪਰ ਬੈਠ ਕੇ ਪਾਕਿਸਤਾਨ ਬਾਰਡਰ ਤੱਕ 0 ਲਾਈਨ ਤੱਕ ਜਾਵਾਂਗੇ ਜੀ। ਅਸੀਂ ਪਹੁੰਚ ਚੁੱਕੇ ਹਾਂ ਜੀ ਭਾਰਤ ਦੀ ਆਖਰੀ ਚੈੱਕ ਪੋਸਟ 'ਤੇ। BSF ਵੱਲੋਂ ਇੱਥੇ ਸਾਡੇ ਸਾਰੇ ਡਾਕੂਮੈਂਟ ਜਿਹੜੇ ਉਹ ਵੈਰੀਫਾਈ ਕੀਤੇ ਜਾਣਗੇ। ਇਹ ਹੈ ਜੀ 0 ਲਾਈਨ ਬਾਰਡਰ ਲਾਈਨ, ਹੁਣ ਅਸੀਂ ਪਾਕਿਸਤਾਨ ਵਿੱਚ ਐਂਟਰ ਹੋ ਚੁੱਕੇ ਹਾਂ। ਕਿੰਨੇ ਵਜੇ ਤੁਰਦੀ ਬਸ? ਕੋਈ ਟਾਈਮ ਹੈਗਾ? ਉਹ ਵਾਲੀ ਬੱਸ ਜਾਈ ਜਿਹੜੀ ਉੱਥੇ ਖੜੀ ਹੈ ਨਹੀਂ ਆਇਆ ਤੇ ਤੁਹਾਨੂੰ ਲੈ ਕੇ ਜਾਵਾਂਗਾ ਨਾ ਜਿੱਥੇ ਸਾਹਮਣੀ ਬਿਲਡਿੰਗ ਨਹੀਂ ਨਜ਼ਰ ਆ। ਇਮੀਗ੍ਰੇਸ਼ਨ ਤੱਕ ਅੱਗੇ ਇਮੀਗ੍ਰੇਸ਼ਨ ਤੱਕ ਜਾਣਾ ਤੇ ਉਹ ਪੈਦਲ ਤੁਸੀਂ ਚੱਲ ਸਕਦੇ ਹੋ, ਜਾ ਸਕਦੇ ਹੋ ਪੈਦਲ। 300 ਮੀਟਰ ਹੈਗਾ ਇਮੀਗ੍ਰੇਸ਼ਨ ਨਾਲ, ਇਹ ਸਾਹਮਣੀ ਬਿਲਡਿੰਗ ਨਜ਼ਰ ਆ ਰਹੀ ਹੈ। ਅਗਰ ਤੁਸੀਂ ਪੈਦਲ ਜਾਣਾ ਚਾਹੁੰਦੇ ਹੋ ਤਾਂ ਪੈਦਲ ਵੀ ਜਾ ਸਕਦੇ। ਚਲੀ ਚਲੀਏ ਪੈਦਲ, ਚਲੀਏ ਵਾਕ ਕਰਦੇ। ਵੈਸੇ ਤਾਂ ਬੱਸ ਦੀ ਸਹੂਲਤ ਵੀ ਹੈ, ਲੇਕਿਨ ਅਸੀਂ ਹੁਣ ਇੱਥੋਂ ਅੱਗੇ ਪੈਦਲ ਹੀ ਜਾਵਾਂਗੇ ਜੀ। 300 ਮੀਟਰ ਹੈ ਜੀ ਪਾਕਿਸਤਾਨ ਦੀ ਇਮੀਗ੍ਰੇਸ਼ਨ। ਅਤੇ ਇਹ ਅਸੀਂ ਪਹੁੰਚ ਗਏ ਹਾਂ ਪੋਰਟਲ ਏ 'ਤੇ ਪਾਕਿਸਤਾਨੀ ਇਮੀਗ੍ਰੇਸ਼ਨ ਦੇ ਅੰਦਰ। ਅਤੇ ਬਹੁਤ ਸਵਖਤ ਆ ਚੁੱਕੇ ਹਾਂ ਅਸੀਂ, ਮੈਨੂੰ ਲੱਗਦਾ ਇਹ ਅਜੇ ਦਫ਼ਤਰ ਸਾਰੇ ਬੰਦ ਨੇ। ਚਲੋ ਅੰਦਰ ਦਫ਼ਤਰ ਦੇ ਅੰਦਰ ਜਾ ਕੇ ਦੇਖਦੇ ਹਾਂ ਪੋਰਟਲ ਏ ਦੇ ਵਿੱਚ ਕਿ ਅੰਦਰ ਸਾਨੂੰ ਕੋਈ ਅਧਿਕਾਰੀ ਜਾਂ ਕੋਈ ਆਫਿਸਰ ਨਜ਼ਰ ਆਉਂਦਾ ਹੈ ਜਾਂ ਨਹੀਂ। ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਸੀ ਕਿ ਕੋਰੀਡੋਰ ਦੀ ਫੀਸ ਜਿਹੜੀ ਆ ਉਹ $20 ਹੈ, ਅਤੇ ਇਹ ਫੀਸ ਉਹ USA ਵਿੱਚ ਹੀ ਲੈਂਦੇ ਨੇ। ਇਸ ਲਈ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੀ ਜੋ ਕਰੰਸੀ ਆ ਉਹ ਕਨਵਰਟ ਕਰਾ ਕੇ ਆਇਓ। ਸਾਨੂੰ ਲੱਗਦਾ ਕਿ ਦਫ਼ਤਰ ਬੰਦ ਹੈ, ਅਤੇ ਚਲੋ ਵੇਟ ਕਰਦੇ ਹਾਂ ਥੋੜ੍ਹੀ ਦੇਰ। ਹੋਰ ਜੀ ਸਾਡੀ ਇਮੀਗ੍ਰੇਸ਼ਨ ਹੋ ਚੁੱਕੀ ਹੈ, ਆਹ ਸਾਡੇ ਪਾਕਿਸਤਾਨੀ ਭਰਾ, ਅਤੇ ਆਹ ਬੱਸ ਹੁਣ ਸਾਨੂੰ ਲੈ ਕੇ ਜਾਏਗੀ ਕਰਤਾਰਪੁਰ।
ਇਮੀਗ੍ਰੇਸ਼ਨ ਹੋਣ ਤੋਂ ਬਾਅਦ ਜੀ ਸਾਨੂੰ ਇਹ ਯਾਤਰੀ ਕਾਰਡ ਯੈਲੋ ਕਲਰ ਦੇ ਜਿਹੜੇ ਉਹ ਮਿਲ ਚੁੱਕੇ ਆ, ਇਹਨਾਂ ਨੂੰ ਆਪਾਂ ਲੈ ਕੇ ਗਲੇ 'ਚ ਪਾ ਕੇ ਅਤੇ ਇਸ ਬੱਸ ਰਾਹੀਂ ਹੁਣ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ। ਰੋਡ ਕੱਢਤਾ ਨਾ ਕੋਈ ਪਾਕਿਸਤਾਨ ਚ ਵੀ ਹੈਗੀ ਆ? ਵਧੀਆ ਜੀ ਬਾਰੀ ਵਾਲੀ ਸੀਟ ਲਵਾਂਗੇ ਬੱਸ ਰਾਹੀਂ 3 ਕਿਲੋਮੀਟਰ ਦਾ ਸਫ਼ਰ ਕਰਦੇ ਹੋਏ ਅਸੀਂ ਪਹੁੰਚ ਗਏ ਹਾਂ ਜੀ ਦਰਸ਼ਨੀ ਡਿਓੜੀ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ, ਅਤੇ ਦਰਸ਼ਨੀ ਡਿਓੜੀ ਰਾਹੀਂ ਅਸੀਂ ਗੁਰਦੁਆਰਾ ਸਾਹਿਬ ਲਈ ਐਂਟਰ ਹੋਵਾਂਗੇ। ਅਤੇ ਜੀ ਸੰਗਤ ਜੋ ਸਾਡੇ ਨਾਲ ਭਾਰਤ ਤੋਂ ਪਾਕਿਸਤਾਨ ਆਈ ਹੈ ਜੀ, ਬਹੁਤ ਹੀ ਵੱਡਾ ਗੁਰਦੁਆਰਾ ਸਾਹਿਬ ਹੈ, ਬਹੁਤ ਹੀ ਜ਼ਿਆਦਾ ਖੁੱਲ੍ਹੇ ਏਰੀਏ ਦੇ ਵਿੱਚ ਹੈ। ਦਰਸ਼ਨੀ ਡਿਓੜੀ ਤੋਂ ਐਂਟਰ ਕਰਨ ਤੋਂ ਪਹਿਲਾਂ ਸਾਨੂੰ ਪਾਕਿਸਤਾਨੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਲਈ ਕੁਝ ਇੰਸਟਰਕਸ਼ਨ ਦਿੱਤੇ ਜਾਂਦੇ ਨੇ, ਜਿਵੇਂ ਕਿ ਜੋੜਾ ਘਰ, ਲੰਗਰ ਹਾਲ, ਬਾਥਰੂਮ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਤੇ ਇਹ ਹੈ ਜੀ ਮੇਨ ਵਿਊ, ਪਹਿਲਾ ਦ੍ਰਿਸ਼ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਦਾ ਜੀ, ਗੁਰਦੁਆਰਾ ਪਾਕਿਸਤਾਨ ਕਰਤਾਰਪੁਰ ਸਾਹਿਬ। ਵੀਰ ਜੀ ਸਰੋਵਰ ਜਾਣਾ ਸੀ ਪਹਿਲਾਂ ਗਿਆ ਆਪਾਂ, ਹੁਣ ਆਪਾਂ ਜਾ ਰਹੇ ਹਾਂ ਸਰੋਵਰ। ਹੁਣ ਅਸੀਂ ਪਹੁੰਚ ਗਏ ਹਾਂ ਜੀ ਸਰੋਵਰ ਸਾਹਿਬ, ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਫਿਰ ਆਪਾਂ ਜਾਵਾਂਗੇ ਜੀ ਦਰਬਾਰ ਸਾਹਿਬ ਦੇ ਅੰਦਰ। ਅਤੇ ਆਹ ਦੇਖੋ ਜੀ ਸਰੋਵਰ ਦੇ ਕਰੋ ਦਰਸ਼ਨ ਸਾਹਿਬ ਕਰਤਾਰਪੁਰ ਸਾਹਿਬ, ਅਤੇ ਹੁਣ ਆਪਾਂ ਇੱਥੇ ਇਸ਼ਨਾਨ ਕਰਾਂਗੇ ਅਤੇ ਬਾਕੀ ਗੱਲਾਂ ਬਾਤਾਂ ਜੋ ਬਾਅਦ ਕਰਦੇ ਹਾਂ, ਇਸ਼ਨਾਨ ਕਰਦੇ ਹਾਂ। ਮੇਨ ਐਂਟਰੈਂਸ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ। ਇਹ ਹੈ ਜੀ ਮਜ਼ਾਰ ਸਾਹਿਬ, ਇੱਥੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਉਹ ਸਮਾਉਣ ਤੋਂ ਬਾਅਦ ਸਿੱਖ ਅਤੇ ਮੁਸਲਮਾਨ ਭਾਈਚਾਰੇ ਨੇ ਗੁਰੂ ਸਾਹਿਬ ਦੀਆਂ ਆਖਰੀਆਂ ਰਸਮਾਂ ਜਿਹੜੀਆਂ ਉਹ ਆਪੋ ਆਪਣੇ ਧਰਮ ਦੇ ਅਨੁਸਾਰ ਕੀਤੀਆਂ ਸੀ, ਅਤੇ ਮੁਸਲਮਾਨ ਭਾਈਚਾਰੇ ਨੇ ਗੁਰੂ ਜੀ ਦੇ ਫੁੱਲ ਅਤੇ ਕਫਨ ਇਸ ਥਾਂ ਦੇ ਉੱਤੇ ਦਫਨਾ ਦਿੱਤਾ ਸੀ। ਇਸ ਦੇ ਨਾਲ ਹੀ ਜੀ ਇਹ ਗੁਰਦੁਆਰਾ ਸਾਹਿਬ, ਇਹ ਉਹ
ਸਥਾਨ ਹੈ ਜੀ ਜਿੱਥੇ ਸਿੱਖ ਭਾਈਚਾਰੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਫੁੱਲ ਅਤੇ ਜੋ ਅੱਧੀ ਚਾਦਰ ਸੀ ਇਸ ਜਗ੍ਹਾ 'ਤੇ ਉਸਦਾ ਸੰਸਕਾਰ ਕਰ ਦਿੱਤਾ ਸੀ। ਹੁਣ ਅਸੀਂ ਉੱਪਰ ਦੀਵਾਨ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜੀ, ਉੱਥੇ ਦਰਸ਼ਨ ਕਰਨ ਜਾ ਰਹੇ ਹਾਂ। ਆਓ ਹੁਣ ਤੁਹਾਨੂੰ ਉੱਪਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਹਾਂ। ਪੌੜੀਆਂ ਰਾਹੀਂ ਉੱਪਰ ਆ ਕੇ ਅਸੀਂ ਪਹੁੰਚ ਗਏ ਹਾਂ ਜੀ ਦਰਬਾਰ ਸਾਹਿਬ ਪਾਕਿਸਤਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ। ਇਹ ਹੈ ਜੀ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਪਾਤਸ਼ਾਹ ਨੇ ਆਪਣੇ ਹੱਥੀਂ ਲਗਵਾਇਆ ਸੀ ਅਤੇ ਇਸ ਖੂਹ ਰਾਹੀਂ ਉਹ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸੀ। ਅਤੇ ਆਓ ਜੀ ਖੂਹ ਦੇ ਦਰਸ਼ਨ ਕਰਦੇ ਹਾਂ। ਜੋ ਪਹਿਲਾਂ ਆਪਾਂ ਸਰੋਵਰ ਸਾਹਿਬ ਦੇ ਦਰਸ਼ਨ ਕੀਤੇ ਆ ਜੀ, ਉਸ ਸਰੋਵਰ ਵਿੱਚ ਵੀ ਇਸ ਖੂਹ ਤੋਂ ਹੀ ਜਲ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸ ਖੂਹ ਤੋਂ ਹੀ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਰਹੇ। ਬਹੁਤ ਹੀ ਪਵਿੱਤਰ ਖੂਹ ਹੈ। ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ।
ਹੁਣ ਅਸੀਂ ਜਾ ਰਹੇ ਹਾਂ ਜੀ ਮਿਊਜ਼ੀਅਮ ਦੇ ਵਿੱਚ। ਇਹ ਜੀ ਮਿਊਜ਼ੀਅਮ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ। ਇੱਥੇ ਬਹੁਤ ਹੀ ਸੁੰਦਰ ਹੱਥ ਲਿਖਤਾਂ ਅਤੇ ਕੁਝ ਇਤਿਹਾਸਿਕ ਫੋਟੋਆਂ ਮੌਜੂਦ ਹਨ। ਗੁਰੂ ਕਾ ਲੰਗਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਇਹ ਦੇਖੋ ਜੀ ਦ੍ਰਿਸ਼ ਲੰਗਰ ਹਾਲ ਦਾ, ਬਹੁਤ ਹੀ ਖੂਬਸੂਰਤ ਦ੍ਰਿਸ਼ ਹੈ ਜੀ ਲੰਗਰ ਹਾਲ ਦਾ। ਬਹੁਤ ਜ਼ਿਆਦਾ ਸਫਾਈ ਹੈ, ਹਰੇਕ ਚੀਜ਼ ਮੇਨਟੇਨ ਹੈ। ਲੰਗਰ ਹਾਰ ਦੀ ਜੋ ਇਮਾਰਤ ਹੈ ਬਹੁਤ ਹੀ ਜ਼ਿਆਦਾ ਸੁੰਦਰ ਹੈ, ਬਹੁਤ ਹੀ ਸੋਹਣੀ ਬਣੀ ਹੋਈ ਹੈ ਅਤੇ ਸਫਾਈ ਬਹੁਤ ਜ਼ਿਆਦਾ ਹੈ। ਸਾਡੇ ਮੁਸਲਮਾਨ ਭਰਾ ਬਹੁਤ ਹੀ ਤਨ ਮਨ ਨਾਲ ਇੱਥੇ ਸੇਵਾ ਕਰਦੇ ਨੇ ਲੰਗਰ ਹਾਲ ਦੇ ਵਿੱਚ। ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਰਸੋਈ ਘਰ ਵਿੱਚ। ਇੱਥੇ ਵੀ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ, ਬਹੁਤ ਹੀ ਸਫਾਈ ਦੇ ਨਾਲ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਬਹੁਤ ਜ਼ਿਆਦਾ ਸੁੰਦਰ ਹੈ, ਸੇਵਾਦਾਰ ਸਫਾਈ ਦਾ ਪੂਰਾ ਧਿਆਨ ਰੱਖਦੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਜੋ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਬੰਧ ਹੈ ਬਹੁਤ ਹੀ ਸ਼ਲਾਘਾਯੋਗ ਹੈ। ਆਓ ਹੁਣ ਦਰਸ਼ਨ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਖੇਤ ਬਾਬਾ ਜੀ ਦੇ ਬਾਗ। ਇਹ ਉਹ ਸਾਰੀ ਜ਼ਮੀਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਆਪਣੇ ਹੱਥੀਂ ਖੇਤੀ ਕਰਦੇ ਰਹੇ ਹਨ। ਯੂਰੀਆ ਖਾਦ ਕਣਕ ਲੇਟ ਹੀ ਬੀਜੀ ਆ, ਸਾਡੇ ਤੇ ਸਿੱਟਿਆਂ ਤੇ ਆ ਗਈ ਆ। ਚੌਥੇ ਪੰਜਵੇਂ ਮਹੀਨੇ ਤਕਰੀਬਨ ਲੱਗ ਗਈਆਂ। ਇਹ ਬਿਜਾਈ ਕਦੋਂ ਕੀਤੀ ਕਣਕ ਦੀ? ਦਸੰਬਰ ਦੀ। ਨਵੰਬਰ ਚ ਲਾ ਦਿੰਦੇ ਇੱਧਰ ਵੀਰ ਜੀ, ਜ਼ਿਆਦਾਤਰ ਲੇਟ ਹੀ ਲੱਗ ਸਾਰੇ ਪੂਰੇ ਪਾਕਿਸਤਾਨ ਦੀ ਇੱਥੇ ਨੇ ਕੁਛ ਇਲਾਕੇ ਪਾਏ ਜਾਂਦੇ ਸਾਡੇ ਇਲਾਕੇ। ਤੇ ਵਾਢੀ ਕਦੋਂ ਪੈਣੀ ਆ? ਮਈ ਚ।
ਆਹੋ ਉਹ ਮਈ ਚ ਇੱਕ ਮਹੀਨਾ ਲੇਟ ਹੋ ਜਾਂਦੀ ਸਾਡੇ ਤੋਂ। ਚਲੋ ਇੰਜੋਏ ਖਾ ਦੋ ਜਿਹੜੀ ਰੱਖੀ ਪਾਣੀ ਆ ਹਾਂਜੀ ਪਾਣੀ ਲਾ ਕੇ ਪਹਿਲਾਂ ਨਹੀਂ ਪਾਉਂਦੇ ਤੇ ਇਹ ਪਹਿਲਾਂ ਪਾਉਂਦੇ ਬਾਅਦ ਚੋਂ ਪਾਣੀ ਲਾਉਂਦੇ ਨਹੀਂ ਸੁੱਕੇ ਚ ਪਾ ਕੇ ਫਿਰ ਪਾਣੀ ਲਾ ਦਿੰਦੇ ਇਹ ਜੋ ਨਜ਼ਰ ਆਏ ਨੇ ਖਜੂਰਾਂ ਦੇ ਬੂਟੇ ਨੇ ਜੀ ਕਿਨੋ ਜੋ ਕੋਈ ਵੀ ਚੀਜ਼ ਆ ਕਿੰਨੀ ਜੂਮ ਕਰਨੀ ਆ 10% ਦਾ ਜਿੱਤ ਕਰਦੇ ਜੀ ਮੋਟਰ ਇਹ ਉਹ ਸਥਾਨ ਹੈ ਜੀ ਜਿੱਥੇ ਪਿੰਡ ਰੁਮਾਲਾ ਸਾਹਿਬ ਅਤੇ ਗੁਰੂ ਜੀ ਦੇ ਹੋਰ ਵਸਤਰ ਜੋ ਸੁੱਖ ਆਸਣ ਵੇਲੇ ਆਪਾਂ ਵਰਤਦੇ ਹਾਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਜੀ। ਇਸ ਤੋਂ ਅੱਗੇ ਅਮਰੂਦਾਂ ਦਾ ਅਤੇ ਕਿਨੂਆਂ ਦਾ ਬਾਗ ਹੈ। ਹੁਣ ਅਸੀਂ ਪਹੁੰਚ ਚੁੱਕੇ ਹਾਂ ਸੀ ਬਾਜ਼ਾਰ। ਇਹ ਛੋਟਾ ਜਿਹਾ ਬਾਜ਼ਾਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ। ਇਹ ਸਪੈਸ਼ਲ ਮੈਨੂੰ ਲੱਗਦਾ ਜਦੋਂ ਕੋਰੀਡੋਰ ਬਣਾਇਆ ਗਿਆ ਅਤੇ ਉਦੋਂ ਹੀ ਇਸ ਬਾਜ਼ਾਰ ਦਾ ਨਿਰਮਾਣ ਕੀਤਾ ਗਿਆ ਹੈ। ਜੋ ਸੰਗਤ ਭਾਰਤ ਤੋਂ ਪਾਕਿਸਤਾਨ ਆਉਂਦੀ ਹੈ ਉਹਨਾਂ ਲਈ ਇਹ ਬਾਜ਼ਾਰ ਬਣਾਇਆ ਗਿਆ ਹੈ ਸਪੈਸ਼ਲ। ਇਹ ਹੈ ਜੀ ਕਰੰਸੀ ਚੇਂਜ ਕਰਨ ਲਈ ਕਾਊਂਟਰ। ਸੋ ਬਾਜ਼ਾਰ ਦੇ ਵਿੱਚ ਸਾਰੀ ਸ਼ੋਪਿੰਗ ਪਾਕਿਸਤਾਨੀ ਕਰੰਸੀ ਰਾਹੀਂ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਸਾਨੂੰ ਇਸ ਕਾਊਂਟਰ ਤੋਂ ਕਰੰਸੀ ਚੇਂਜ ਕਰਵਾਉਣੀ ਪਏਗੀ।
ਅਤੇ ਫਿਰ ਹੀ ਬਾਜ਼ਾਰ ਦੇ ਵਿੱਚ ਆਪਾਂ ਸ਼ੋਪਿੰਗ ਕਰ ਸਕਦੇ ਹਾਂ। ਮੈਂ ਕੀ ਲੈਣਾ ਬਹੁਤੀ ਬੱਲੇ ਬੱਲੇ ਜੀ ਸ਼ਾਮ ਦੇ 4 ਵਜੇ ਤੋਂ ਬਾਅਦ ਸਾਨੂੰ ਘਰ ਵਾਪਸੀ ਕਰਨੀ ਪਵੇਗੀ। ਹੁਣ ਅਸੀਂ ਜਾ ਰਹੇ ਹਾਂ ਜੀ ਭਾਰਤ ਦੀ ਸਰਹੱਦ 'ਤੇ। ਗੁੱਡ ਬਾਏ, ਵਾਹਿਗੁਰੂ ਰੱਖ। ਬੈਕ ਟੂ ਇੰਡੀਆ। ਇਹ ਹੈ ਜੀ ਪਾਕਿਸਤਾਨੀ ਗੇਟ। ਇਹ ਹੁਣ ਅਸੀਂ ਕ੍ਰੋਸ ਕਰਨ ਲੱਗੇ ਹਾਂ ਜੀ ਜ਼ੀਰੋ ਲਾਈਨ। ਲਓ ਜੀ ਜ਼ੀਰੋ ਲਾਈਨ, ਇਹ ਹੈ ਜੀ ਇੰਡੀਅਨ ਗੇਟ। ਵੈਲਕਮ ਟੂ ਇੰਡੀਆ। ਸਾਡਾ ਕਰਤਾਰਪੁਰ ਸਾਹਿਬ ਦਾ ਸਫ਼ਰ ਬਹੁਤ ਹੀ ਸੋਹਣਾ ਰਿਹਾ। ਸੋ ਮਿਲਦੇ ਹਾਂ ਜੀ ਅਗਲੀ ਵਾਰ ਅਗਲੇ ਵਲੋਗ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।